ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਮਾਜ ਇਕਜੁੱਟ ਹੋ ਕੇ ਮਦਦ ਕਰ ਰਹੇ ਵਾਲਮੀਕ ਭਗਵਾਨ ਵਾਲਮੀਕ ਜੀ ਦਾ ਜਿਹੜਾ ਸਮਾਜ ਹੈ ਜਿਹਦੇ ਵਿੱਚ ਅਸੀਂ ਅਨੁਆਈ ਹਾਂ ਜਿਹਦੇ ਜਿਹਨਾਂ ਨੂੰ ਅਸੀਂ ਮੰਨਣ ਵਾਲੇ ਹਾਂ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਹਮੇਸ਼ਾ ਹੀ ਹਰ ਰੋਜ਼ ਇਕੱਠ ਕਰ ਕਰਕੇ ਸਮਰਥਨ ਦਿੱਤਾ ਜਾ ਰਿਹਾ ਅਤੇ ਇੱਕ ਤਰਫਾ ਜਿਹੜੇ ਸਮਾਜ ਹੈ ਚਾਹੇ ਉਹ ਭਗਵਾਨ ਵਾਲਮੀਕ ਜੀ ਦਾ ਸਮਾਜ ਹੈ ਚਾਹੇ ਗੁਰੂ ਰਵਿਦਾਸ ਜੀ ਦਾ ਸਮਾਜ ਹੈ ਚਾਹੇ ਉਹ ਵਿਸ਼ਵਕਰਮਾ ਨੂੰ ਮੰਨਣ ਵਾਲੇ ਹੈ ਚਾਹੇ ਭਗਵਾਨ ਰਾਮ ਨੂੰ ਮੰਨਣ ਵਾਲੇ ਸਾਰੀ ਇੱਕ ਤਰਫ ਹੋ ਕੇ ਮਦਦ ਕਰ ਰਹੇ ਸਰ। ਰਾਜਾ ਵੜਿੰਗ ਦੀ ਬਾਈ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀਗੀ ਗੁਰੂਆਂ ਦੇ ਉੱਤੇ ਜਿਹੜਾ ਕਿ ਇੱਕ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ, ਕੀ ਕਹਿਣਾ ਉਹਨੂੰ, ਕਿੱਦਾਂ ਦੇਖਦੇ ਪਏ? ਮਾਫੀ ਉਹ ਮੰਗ ਲਈ, ਫਿਰ ਬਾਕੀ ਕੋਲ ਗੱਲ ਰਹਿ ਗਈ ਹੈ। ਲੇਕਿਨ ਵੀਡੀਓ 'ਚ ਬਹੁਤ ਟਿੱਪਣੀ ਹੋ ਰਹੀ ਹੈ, ਕੀ ਕਹਿਣਾ ਪਵਨ ਕੁਮਾਰ ਤੈਨੂੰ ਦਾ ਉਸ ਦੇ ਵਿੱਚ ਕਹਿਣਾ ਹੈ ਕਿ ਵਿਹਲੇ ਬਹਿ ਕੇ ਇਹਨਾਂ ਨੇ ਬਾਅਦ 'ਚੋਂ ਹਰਨ ਤੋਂ ਬਾਅਦ ਇਹੀ ਕੰਮ ਕਰਨੇ ਨੇ? ਓਏ ਮੈਂ ਇੱਦਾਂ ਦੀਆਂ ਗੰਦੀਆਂ ਜਿਹੜੇ ਹਰਕਤਾਂ ਇਹ ਕਰ ਰਹੇ ਹੈ, ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ, ਸਾਡੇ ਪਰਿਵਾਰ ਦੀ ਜਿਹੜੀਆਂ ਫੋਟੋਆਂ ਕੱਢ ਕੇ ਜਾਰੀ ਕਰ ਰਹੇ ਹਾਂ। ਸੁਸ਼ੀਲ ਕੁਮਾਰ ਟਿੰਕੂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜੂਆ ਖੇਲ ਨਸਕਾ ਰਹੇ ਨੇ। ਜੂਏ ਦੇ ਇੱਥੇ ਜਿੰਨਾ ਕਾਰੋਬਾਰ ਹੈ, ਇੱਥੇ ਜਿੰਨਾ ਦੜੇ ਸੱਟੇ ਦਾ ਕਾਰੋਬਾਰ ਹੈ, ਇਹ ਇੱਥੇ ਆਮ ਆਦਮੀ ਪਾਰਟੀ ਸੀਗੇ ਜਿਹੜੇ ਪਹਿਲਾਂ, ਅੱਜ ਕੋਈ ਬੀਜੇਪੀ ਚਲੇ ਗਿਆ, ਇਹ ਚਲਾਉਂਦੇ ਰਹੇ ਆ ਅਤੇ ਅੱਜ ਵੀ ਇਹੀ ਚਲਾ ਰਹੇ ਹੈ। ਲੇਕਿਨ ਆਉਣ ਵਾਲੇ ਦਿਨਾਂ 'ਚ ਮੈਂ ਇਹਨਾਂ ਨੂੰ ਕਹਿਣਾ, ਜਿਹੜੇ ਦੜਾ ਸੱਟਾ ਚਲਾਉਂਦੇ, ਜਿਹੜੇ ਜੂਆ ਚਲਾਉਂਦੇ, ਜਿਹੜੇ ਨਸ਼ਾ ਵੇਚਦੇ, ਅਤੇ ਹੁਣੇ ਕੋਸ਼ਿਸ਼ ਕਰ ਲਓ ਮੈਨੂੰ ਹਰਾਉਣ ਦੀ, ਬਾਅਦ ਵਿੱਚ ਮੈਂ ਇਹ ਗਲਤ ਕੰਮ ਚੱਲਣ ਨਹੀਂ ਦੇਣਾ। ਥੈਂਕ ਯੂ ਸਰ। ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਮਾਜ ਇਕਜੁੱਟ ਹੋ ਕੇ ਮਦਦ ਕਰ ਰਹੇ ਵਾਲਮੀਕ ਭਗਵਾਨ ਵਾਲਮੀਕ ਜੀ ਦਾ ਜਿਹੜਾ ਸਮਾਜ ਹੈ ਜਿਹਦੇ ਵਿੱਚ ਅਸੀਂ ਅਨੁਆਈ ਹਾਂ ਜਿਹਦੇ ਜਿਹਨਾਂ ਨੂੰ ਅਸੀਂ ਮੰਨਣ ਵਾਲੇ ਹਾਂ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਹਮੇਸ਼ਾ ਹੀ ਹਰ ਰੋਜ਼ ਇਕੱਠ ਕਰ ਕਰਕੇ ਸਮਰਥਨ ਦਿੱਤਾ ਜਾ ਰਿਹਾ ਅਤੇ ਇੱਕ ਤਰਫਾ ਜਿਹੜੇ ਸਮਾਜ ਹੈ ਚਾਹੇ ਉਹ ਭਗਵਾਨ ਵਾਲਮੀਕ ਜੀ ਦਾ ਸਮਾਜ ਹੈ ਚਾਹੇ ਗੁਰੂ ਰਵਿਦਾਸ ਜੀ ਦਾ ਸਮਾਜ ਹੈ ਚਾਹੇ ਉਹ ਵਿਸ਼ਵਕਰਮਾ ਨੂੰ ਮੰਨਣ ਵਾਲੇ ਹੈ ਚਾਹੇ ਭਗਵਾਨ ਰਾਮ ਨੂੰ ਮੰਨਣ ਵਾਲੇ ਸਾਰੀ ਇੱਕ ਤਰਫ ਹੋ ਕੇ ਮਦਦ ਕਰ ਰਹੇ ਸਰ। ਰਾਜਾ ਵੜਿੰਗ ਦੀ ਬਾਈ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀਗੀ ਗੁਰੂਆਂ ਦੇ ਉੱਤੇ ਜਿਹੜਾ ਕਿ ਇੱਕ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ, ਕੀ ਕਹਿਣਾ ਉਹਨੂੰ, ਕਿੱਦਾਂ ਦੇਖਦੇ ਪਏ? ਮਾਫੀ ਉਹ ਮੰਗ ਲਈ, ਫਿਰ ਬਾਕੀ ਕੋਲ ਗੱਲ ਰਹਿ ਗਈ ਹੈ। ਲੇਕਿਨ ਵੀਡੀਓ 'ਚ ਬਹੁਤ ਟਿੱਪਣੀ ਹੋ ਰਹੀ ਹੈ, ਕੀ ਕਹਿਣਾ ਪਵਨ ਕੁਮਾਰ ਤੈਨੂੰ ਦਾ ਉਸ ਦੇ ਵਿੱਚ ਕਹਿਣਾ ਹੈ ਕਿ ਵਿਹਲੇ ਬਹਿ ਕੇ ਇਹਨਾਂ ਨੇ ਬਾਅਦ 'ਚੋਂ ਹਰਨ ਤੋਂ ਬਾਅਦ ਇਹੀ ਕੰਮ ਕਰਨੇ ਨੇ? ਓਏ ਮੈਂ ਇੱਦਾਂ ਦੀਆਂ ਗੰਦੀਆਂ ਜਿਹੜੇ ਹਰਕਤਾਂ ਇਹ ਕਰ ਰਹੇ ਹੈ, ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ, ਸਾਡੇ ਪਰਿਵਾਰ ਦੀ ਜਿਹੜੀਆਂ ਫੋਟੋਆਂ ਕੱਢ ਕੇ ਜਾਰੀ ਕਰ ਰਹੇ ਹਾਂ। ਸੁਸ਼ੀਲ ਕੁਮਾਰ ਟਿੰਕੂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜੂਆ ਖੇਲ ਨਸਕਾ ਰਹੇ ਨੇ। ਜੂਏ ਦੇ ਇੱਥੇ ਜਿੰਨਾ ਕਾਰੋਬਾਰ ਹੈ, ਇੱਥੇ ਜਿੰਨਾ ਦੜੇ ਸੱਟੇ ਦਾ ਕਾਰੋਬਾਰ ਹੈ, ਇਹ ਇੱਥੇ ਆਮ ਆਦਮੀ ਪਾਰਟੀ ਸੀਗੇ ਜਿਹੜੇ ਪਹਿਲਾਂ, ਅੱਜ ਕੋਈ ਬੀਜੇਪੀ ਚਲੇ ਗਿਆ, ਇਹ ਚਲਾਉਂਦੇ ਰਹੇ ਹੈ ਅਤੇ ਅੱਜ ਵੀ ਇਹੀ ਚਲਾ ਰਹੇ ਹੈ। ਲੇਕਿਨ ਆਉਣ ਵਾਲੇ ਦਿਨਾਂ 'ਚ
ਮੈਂ ਇਹਨਾਂ ਨੂੰ ਕਹਿਣਾ ਜਿਹੜੇ ਦੜਾ ਸਿੱਟਾ ਚਲਾਉਂਦੇ, ਜਿਹੜੇ ਜੂਆ ਚਲਾਉਂਦੇ, ਜਿਹੜੇ ਨਸ਼ਾ ਵੇਚਦੇ, ਅਤੇ ਹੁਣੇ ਕੋਸ਼ਿਸ਼ ਕਰ ਲਓ ਮੈਨੂੰ ਹਰਾਉਣ ਦੀ, ਬਾਅਦ ਵਿੱਚ ਮੈਂ ਇਹ ਗਲਤ ਕੰਮ ਚੱਲਣ ਨਹੀਂ ਦੇਣਾ। ਥੈਂਕ ਯੂ।